ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਪੰਜਾਬੀ ਦੀ ਪਾਠ ਪੁਸਤਕ ਅਥਾ ਪੰਜਾਬ ਜਿਸ ਦੇ ਸੰਪਾਦਕ ਨੇ ਡਾਕਟਰ ਹਰਪ੍ਰੀਤ ਸਿੰਘ ਵਿੱਚ ਦਰਜ ਕਹਾਣੀ ਪੀਮੀ ਦੇ ਨਿਆਣੇ ਜਿਨ੍ਹਾਂ ਨੂੰ ਕਹਾਣੀਕਾਰ ਸੰਤ ਸਿੰਘ ਸੇਖੋ ਜੀ ਨੇ ਲਿਖਿਆ ਅੱਜ ਇਸ ਕਹਾਣੀ ਬਾਰੇ ਆਪਾਂ ਪੜਾਂਗੇ ਇਸ ਕਹਾਣੀ ਦੀ ਆਪਾਂ ਸਾਰ ਦੇ ਨਾਲ ਨਾਲ ਵਿਸ਼ੇ ਵਸਤੂ ਤੇ ਵਿਚਾਰਨਾ ਪਾਵਾਂਗੇ ਆ ਵੀ ਕਹਾਣੀਕਾਰ ਨੇ ਕਿਹੜੇ ਕਿਹੜੇ ਜਿਹੜੇ ਪੱਖਾਂ ਨੂੰ ਸਾਹਮਣੇ ਹੀ ਲੈ ਕੇ ਆਂਦਾ ਇਸ ਕਹਾਣੀ ਰਹੀ ਤਾਂ ਸੋ ਸਟਾਰਟ ਕਰਦੇ ਹਾਂ ਜੀ ਇਸ ਕਹਾਣੀ ਬਾਰੇ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ ਕਹਿੰਦੇ 20 ਕੋ ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਕੋ ਬਰੇ ਦਾ ਸੰਤ ਤੇ ਮੇਰੀ ਭੈਣ 11 ਕੋ ਬਰੇ ਦੀ ਸੀ ਤੇ ਸਾਡਾ ਖੇਤ ਘਰੋਂ ਮੀਲ ਕੋ ਵਿੱਤ ਸੀ ਮਤਲਬ ਜਿਹੜਾ ਘਰ ਤੇ ਖੇਤ ਦੇ ਵਿੱਚ ਮੀਲਕ ਦੀ ਵਿੱਤ ਸੀ ਕਹਿੰਦੇ ਸਾਡੇ ਘਰ ਤੇ ਖੇਤ ਪਹੁੰਚਣ ਲਈ ਇੱਕ ਰਸਤੇ ਵਿੱਚ ਅੱਧ ਵਿਚਕਾਰ ਜਰਨੈਲੀ ਸੜਕ ਸੀ ਤੇ ਉੱਥੇ ਜ਼ਿਆਦਾਤਰ ਜੰਗਲੀਆਂ ਪਠਾਨਾਂ ਰਾਸ਼ੀਆਂ ਜਿਵੇਂ ਆਪਾਂ ਕਿਸੇ ਨੇ ਡਰਾਉਣੇ ਜੀ ਹਾਂ ਲੋਕ ਹੁੰਦੇ ਨੇ ਜੰਗਲੀ ਪਠਾਨ ਹੋਗੇ ਰਾਸ਼ੀ ਤੇ ਪਰਦੇਸੀਆਂ ਦਾ ਜਿਹੜਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਅਸੀਂ ਮਤਲਬ ਉਸ ਟਾਈਮ ਬਹੁਤ ਛੋਟੇ ਸੀ ਤੇ ਇੱਕ ਡਰ ਲੱਗਦਾ ਹੁੰਦਾ ਸੀ ਉਸ ਰਸਤੇ ਵਿੱਚ ਦੀ ਕੱਲਿਆਂ ਜਾਣਾ ਕਹਿੰਦੇ ਜਦੋਂ ਅਸੀਂ ਇਹਦੇ ਵਿੱਚ ਕਹਾਣੀਕਾਰ ਕਹਿੰਦਾ ਵੀ ਰੋਟੀ ਫੜਾਉਣ ਸਾਨੂੰ ਜਦੋਂ ਭੇਜਿਆ ਜਾਂਦਾ ਸੀ ਖੇਤ ਤਾਂ ਉੱਥੋਂ ਕਹਿੰਦੇ ਲੰਘਣਾ ਸਾਨੂੰ ਬਹੁਤ ਔਖਾ ਲੱਗਦਾ ਸੀ ਕਹਿੰਦੇ ਕਿਸੇ ਸਿਆਣੇ ਤੋਂ ਬਿਨਾ ਲੰਘਣਾ ਔਖਾ ਸੀ ਸਿਆਣਾ ਮਤਲਬ ਕੀ ਕਿਸੇ ਨਾਲ ਸਾਡੇ ਕੋਈ ਸਹਿਯੋਗ ਵਾਲਾ ਕੋਈ ਜਾਂ ਵੱਡੀ ਉਮਰ ਦਾ ਵਿਅਕਤੀ ਹੁੰਦਾ ਸੀ ਤਾਂ ਸਾਨੂੰ ਔਖਾ ਨਹੀਂ ਲੱਗਦਾ ਸੀ ਤਾਂ ਅਸੀਂ ਬਹੁਤ ਛੋਟੇ ਹੁੰਦੇ ਸੀ ਛੋਟੇ ਬੱਚਿਆਂ ਨੂੰ ਜਿਵੇਂ ਡਰ ਹੁੰਦਾ ਵੀ ਕੋਈ ਰਸਤਾ ਖਤਰਨਾਕ ਆ ਤਾਂ ਨੰਗਣਾ ਬੜਾ ਔਖਾ ਲੱਗਦਾ ਤੇ ਉਹ ਕਹਿੰਦੇ ਵੀ ਜਦੋਂ ਅਸੀਂ ਰੋਟੀ ਫੜਾਉਣ ਜਾਂਦੇ ਸੀ ਤਾਂ ਸਾਨੂੰ ਬੜੀ ਸਾਡੇ ਲਈ ਮੁਸ਼ਕਲ ਵਾਲੀ ਅਵਸਥਾ ਹੁੰਦੀ ਸੀ ਉਹ ਕਹਿੰਦੇ ਅਸੀਂ ਘਰੋਂ ਦਾ ਬੜੇ ਹੌਂਸਲੇ ਨਾਲ ਤੁਰ ਪੈਂਦੇ ਸੀ ਪਰ ਕਹਿੰਦੇ ਜਦੋਂ ਅਸੀਂ ਉਸ ਸ਼ੜਕ ਉਤੋਂ ਦੀ ਜਾਣਾ ਸ਼ੁਰੂ ਕਰ ਦਿੰਦੇ ਸੀ ਤਾਂ ਸਾਡੀ ਜਿਹੜੀ ਹਾਲਤ ਹੁੰਦੀ ਸੀ ਇੱਕ ਪਠੋਰੇ ਵਾਲੀ ਹੁੰਦੀ ਸੀ ਪਠੋਰਾ ਹੁੰਦਾ ਬੱਕਰੀ ਦੇ ਛੋਟੇ-ਛੋਟੇ ਬੱਚੇ ਕਹਿੰਦੇ ਅਸੀਂ ਜਦੋਂ ਨਹਿਰ ਦਾ ਜਦੋਂ ਸੂਆ ਜਿਹੜਾ ਟੱਪਣ ਲੱਗਦੇ ਸੀ ਤਾਂ ਇੱਕ ਪਠੋਰੇ ਆਵਾਂਗੇ ਇੱਧਰ-ਉੱਧਰ ਦੇਖਣ ਲੱਗ ਜਾਂਦੇ ਸੀ ਕਦੀ ਕਿਸੇ ਇੱਕ ਸਿਆਣੇ ਬੰਦੇ ਦੀ ਸਾਨੂੰ ਮਤਲਬ ਕਿ ਹੈਲਪ ਮਿਲ ਜੇ ਜਾਂ ਮਦਦ ਮਿਲ ਜੇ ਜੀ ਦੇ ਨਾਲ ਅਸੀਂ ਨੰਗ ਸਕੀਏ ਕਿਉਂਕਿ ਕਹਿੰਦੇ ਸਾਡੀ ਧਾਰਮਿਕ ਸਿੱਖਿਆ ਵੀ ਇਸ ਕਿਸਮ ਦੀ ਸੀ ਵੀ ਸਾਡੇ ਅੰਦਰ ਜਿਹੜਾ ਸਾਡਾ ਡਰ ਸੀ ਉਸ ਬਹਾ ਦਾ ਇੱਕ ਹਿੱਸਾ ਬਣ ਚੁੱਕਿਆ ਸੀ ਕਿਉਂਕਿ ਅਸੀਂ ਨਿੱਕੇ ਹੁੰਦੇ ਹਾਂ ਨੇ ਸਵਰਗ ਨਰਕ ਦੀਆਂ ਕਹਾਣੀਆਂ ਬਹੁਤ ਸੁਣੀਆਂ ਹੋਈਆਂ ਸਨ ਮਤਲਬ ਅਕਸਰ ਹੁੰਦਾ ਨਾ ਜਦੋਂ ਬੱਚੇ ਛੋਟੇ ਹੁੰਦੇ ਐ ਤਾਂ ਉਹਨਾਂ ਨੂੰ ਜਿਹੜੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਉਹਦੇ ਵਿੱਚ ਜ਼ਿਆਦਾਤਰ ਉਹਨਾਂ ਨੂੰ ਸਵਰਗ ਜਾਂ ਨਰਕ ਤੋਂ ਭਾਵੇਂ ਕੋਈ ਡਰਾਉਣੀਆਂ ਭੂਤਾਂ ਪ੍ਰੇਤਾਂ ਵਾਲੀਆਂ ਕਹਾਣੀਆਂ ਜਿਹੜੀਆਂ ਸੁਣਾਈਆਂ ਜਾਂਦੀਆਂ ਜਿਦੇ ਕਰਕੇ ਬੱਚਿਆਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਹਿੰਦੇ ਸਾਡੇ ਲਈ ਜਿਹੜੇ ਖੇਤ ਸੀ ਉਹ ਤਾਂ ਸਵਰਗ ਸੀਗੇ ਤੇ ਸਾਡੇ ਲਈ ਨਰਕ ਸੀਗੇ ਮਤਲਬ ਨਰਕ ਇੱਥੇ ਉਹਨਾਂ ਨੇ ਕਿਹਾ ਜਿਵੇਂ ਇੱਕ ਮਦਰਸਾ ਮਦਰਸਾ ਹੁੰਦਾ ਸਕੂਲ ਦੂਸਰਾ ਕਹਿੰਦਾ ਸਾਡੇ ਲਈ ਉਸ ਟਾਈਮ ਜਿਹੜਾ ਨਰਕ ਹੁੰਦਾ ਸੀ ਉਹ ਹੁੰਦਾ ਸੀ ਉਹ ਸੜਕ ਜਰਨੈਲੀ ਸੜਕ ਜਿਹਨੂੰ ਅਸੀਂ ਟੱਪ ਕੇ ਖੇਤ ਜਾਣਾ ਹੁੰਦਾ ਸੀ ਕਹਿੰਦੇ ਸੜਕ ਤਾਂ ਸਾਨੂੰ ਇਸ ਤਰੀਕੇ ਨਾਲ ਜਿਵੇਂ ਨਰਕ ਵਾਲਾ ਪੈ ਸਾਨੂੰ ਜਾਪਦਾ ਸੀ ਕਹਿੰਦੇ ਐਵੇਂ ਦੀ ਉਹ ਇੱਕ ਗੱਲ ਆਪਣੇ ਨਾਲ ਹੋਰ ਜਿਹੜਾ ਕਹਾਣੀਕਾਰ ਅੱਗੇ ਤੋਰਦਾ ਕਹਾਣੀ ਨੂੰ ਕਹਿੰਦਾ ਸਿਆਲ ਦੇ ਦਿਨ ਸੀ ਅਸੀਂ ਦੁਪਹਿਰ ਦੀ ਰੋਟੀ ਲੈ ਕੇ ਦੋਵੇਂ ਭੈਣ ਭਰਾ ਜਾ ਰਹੇ ਸੀ ਕਹਿੰਦੇ ਡਰ ਤੋਂ ਬਚਣ ਲਈ ਮੇਰੀ ਭੈਣ ਮੈਨੂੰ ਕਹਾਣੀ ਸੁਣਾਉਣ ਲੱਗੀ ਉਹ ਕਿ ਰਾਸਤਾ ਜਿਹੜਾ ਸੁੰਨਸਾਨ ਸੀ ਖੌਫਨਾਕ ਸੀਗਾ ਜਿਹਦੇ ਕਰਕੇ ਕਹਿੰਦਾ ਮੇਰੀ ਭੈਣ ਮੈਨੂੰ ਕਹਾਣੀ ਸੁਣਾਉਣ ਲੱਗ ਗਈ ਕਹਿੰਦੀ ਇੱਕ ਸੀ ਰਾਜਾ ਇੱਕ ਸੀ ਰਾਣੀ ਕਹਿੰਦੀ ਰਾਣੀ ਮਰ ਗਈ ਸੀ ਤੇ ਮਰਨ ਲੱਗੀ ਰਾਣੀ ਨੇ ਕਿਹਾ ਰਾਜੇ ਨੂੰ ਤੂੰ ਮੇਰੇ ਨਾਲ ਕਰਾਰ ਕਰ ਕਰਾਰ ਹੁੰਦਾ ਵਾਦਾ ਰਾਜੇ ਨੇ ਪੁੱਛਿਆ ਕੀ ਮਤਲਬ ਉਹ ਪੁੱਛਦਾ ਕੀ ਕਰਾਰ ਕਹਿੰਦਾ ਮੈਂ ਜਦੋਂ ਕਹਾਣੀ ਸੁਣਦਾ ਸੁਣਦਾ ਪਿੱਛੇ ਵੱਲ ਮੁੜ ਕੇ ਧੱਕਣ ਲੱਗ ਗਿਆ ਵੀ ਕੋਈ ਸ਼ਾਇਦ ਆਦਮੀ ਆ ਰਿਹਾ ਹੋਵੇ ਆਦਮੀ ਦਾ ਭਾਵ ਕੋਈ ਉਸ ਰਸਤੇ ਦੇ ਨਾਲ ਸਾਨੂੰ ਕੋਈ ਹੈਲਪ ਮਿਲ ਜੀ ਮਦਦ ਮਿਲ ਜੇ ਵੀ ਸਾਨੂੰ ਡਰ ਨਾ ਲੱਗੇ ਕਹਿੰਦੀ ਐਨੇ ਨੂੰ ਮੇਰੀ ਭੈਣ ਬੋਲੀ ਤੂੰ ਸੌਂਦਾ ਨਹੀਂ ਵੀਰ ਭੈਣ ਨੇ ਜਿਵੇਂ ਲੰਬਾ ਜਆ ਦਿੱਤਾ ਕਹਿੰਦਾ ਅੱਛਾ ਜਦੋਂ ਰਾਣੀ ਮਰ ਗਈ ਜਾਂ ਕੀ ਹੋਰ ਵਿਆਹ ਮਤਲਬ ਕਿ ਹੋਰ ਵਿਆਹ ਕਰਵਾ ਲਿਆ ਉਹਨੇ ਚਾਹ ਉਹ ਕਹਾਣੀ ਨੂੰ ਉਸ ਤਰੀਕੇ ਨਾਲ ਉਹ ਪੁੱਛਦਾ ਵੀ ਅੱਗੇ ਕੀ ਹੋਇਆ ਤਾਂ ਉਹ ਕਹਿੰਦੀ ਐ ਵੀ ਰਾਣੀ ਰਾਜੇ ਨੂੰ ਕਹਿੰਦੀ ਐ ਅ ਮਤਲਬ ਫਿਰ ਉਹ ਪਹਿਲਾਂ ਕਹਿੰਦੀ ਵੀ ਮੈਂ ਤੈਨੂੰ ਇਹ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤਰ ਸੀ ਤੇ ਇੱਕ ਧੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਰਾਣੀ ਨੇ ਗਿਆ ਸੀਗਾ ਮਰਨ ਲੱਗੀ ਨੇ ਵੀ ਤੂੰ ਹੋਰ ਵਿਆਹ ਨਾ ਕਰਾਈ ਠੀਕ ਹੈ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਜਦੋਂ ਜਿਹੜੀ ਰਾਜਾ ਰਾਣੀ ਦੀ ਮੇਰੀ ਭੈਣ ਮੈਨੂੰ ਗੱਲ ਸੁਣਾ ਰਹੀ ਸੀ ਉਹ ਮੈਨੂੰ ਆਪਦੇ ਮਾਂ ਮਾਂ ਬਾਪ ਵਾਂਗ ਪਾਸ ਦੇ ਸੀ ਪਾਸ ਦੇ ਹੁੰਦੇ ਜਾਪਦੇ ਕਹਿੰਦੇ ਭੈਣ ਪਿੰਡ ਵੱਲ ਦੇਖ ਰਹੀ ਸੀ ਤੇ ਮੈਂ ਉਹਨੂੰ ਕਿਹਾ ਸੁਣਾ ਵੀ ਗਾਂ ਮੈਂ ਮਤਲਬ ਉਸ ਨੂੰ ਇੱਕ ਖੜਵੀ ਜੇ ਬੋਲ ਚ ਆਖਿਆ ਕਿਉਂਕਿ ਉਹਨੂੰ ਵੀ ਡਰ ਲੱਗ ਰਿਹਾ ਸੀਗਾ ਤੇ ਉਸ ਤੋਂ ਬਾਅਦ ਰਾਣੀ ਨੇ ਕਿਹਾ ਕਿ ਬਈ ਮੇਰੇ ਪੁੱਤ ਮਤਲਬ ਪੁੱਤ ਇੱਕ ਧੀ ਹੈ ਉਹਨਾਂ ਨੂੰ ਮਤ੍ਰਈ ਮਾਂ ਜਿਹੜੀ ਹੋਊਗੀ ਉਹ ਤੋਂ ਬਹੁਤ ਦੁੱਖ ਦੇਊਗੀ ਉਹ ਉਹ ਕਹਿੰਦੀ ਵੀ ਉਸ ਨੇ ਮਤਲਬ ਕਿ ਇਹ ਇਸ ਕਰਕੇ ਇਕਰਾਰ ਮੰਗਿਆ ਸੀ ਉਹਨੇ ਬੜੀ ਤ੍ਰਿਮਰ ਜੀ ਹੋ ਕੇ ਜਿਹੜੀ ਇਹ ਕਹਾਣੀ ਸੁਣਾ ਰਹੀ ਹੈ ਤ੍ਰਿਮਰ ਹੁੰਦਾ ਹੈਗਾ ਇੱਕ ਸਿਆਣੀ ਦੇ ਸਮਝਦਾਰ ਕਹਿੰਦੇ ਭਾਵੇਂ ਸਾਨੂੰ ਪਤਾ ਸੀ ਇਹ ਕਹਾਣੀਆਂ ਜਿਵੇਂ ਮਤਲਬ ਜੇ ਦਿਨੇ ਜੇ ਆਪਾਂ ਕਹਾਣੀਆਂ ਸੁਣਦੇ ਆਂ ਤਾਂ ਰਸਤਾ ਰਾਹੀ ਰਾਹ ਭੁੱਲ ਜਾਂਦੇ ਆ ਪਰ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਅਸੀਂ ਕੋਈ ਇਹੋ ਜਿਹਾ ਖਿਆਲ ਨਹੀਂ ਆਉਣ ਦਿੱਤਾ ਅਸੀਂ ਸੋਚ ਹੀ ਨਹੀਂ ਰਹੇ ਸੀ ਉਸ ਟਾਈਮ ਕਹਿੰਦੇ ਵੀ ਉਸ ਤੋਂ ਬਾਅਦ ਰਾਜੇ ਕਹਾਣੀ ਅੱਗੇ ਉਹ ਜਾਰੀ ਰੱਖਦੀ ਹੈ ਕਹਿੰਦੇ ਰਾਜੇ ਨੇ ਝਾਠੀ ਦੂਜਾ ਵਿਆਹ ਕਰਾ ਲਿਆ ਕਹਿੰਦੇ ਕਹਾਣੀ ਉਹ ਸੁਣਾ ਰਹੀ ਸੀ ਤੇ ਇਹਨੇ ਨੂੰ ਕਹਿੰਦਾ ਪਿਛਲੇ ਮੋੜ ਤੇ ਇੱਕ ਸਾਨੂੰ ਆਦਮੀ ਆਉਂਦਾ ਦਿਖਿਆ ਅਸੀਂ ਸੁੱਖ ਦਾ ਸਾਹ ਲਿਆ ਤੇ ਸਾਡੀ ਬਾਤ ਵੀ ਉੱਥੇ ਖਲੋ ਗਈ ਠਡੰਬਰ ਗਈ ਮਤਲਬ ਕਿ ਉੱਥੇ ਹੀ ਖੜ ਗਈ ਉਹ ਤੋਂ ਅੱਗੇ ਸੀ ਕੰਟੀਨਿਊ ਨਹੀਂ ਕੀਤੀ ਕਿਉਂਕਿ ਸਾਨੂੰ ਇੱਕ ਆਸ ਜਾਗ ਪਈ ਵੀ ਕੋਈ ਆਦਮੀ ਆ ਰਿਹਾ ਹੈ ਪਰ ਕਹਿੰਦੇ ਵੀ ਉਹ ਆਦਮੀ ਕਿਸੇ ਹੋਰ ਰਸਤੇ ਵੱਲ ਨੂੰ ਚਲਾ ਗਿਆ ਉਹ ਕਹਿੰਦੇ ਵੀ ਸਾਡਾ ਜਿਹੜਾ ਮੰਤਵ ਸੀਗਾ ਜਿਸ ਮੰਤਵ ਲਈ ਅਸੀਂ ਮਤਲਬ ਬਾਤ ਉਹ ਕਰ ਰਹੀ ਸੀਗੇ ਸੁਣ ਰਹੇ ਸੀ ਉਹ ਚੀਜ਼ ਕੀ ਹੋਈ ਸਾਡੀ ਪੂਰੀ ਕਾਮਯਾਬ ਨਾ ਹੋ ਸਕੀ ਮਤਲਬ ਸਾਨੂੰ ਕੋਈ ਨਹੀਂ ਮਿਲਿਆ ਤਾਂ ਸਾਨੂੰ ਉਹ ਮਤਲਬ ਕਿ ਸ਼ੜਕ ਪਾਰ ਕਰਨ ਦੀ ਇੱਕ ਜਿਹੜੀ ਉਹ ਲੱਗ ਗਈ ਆਸ ਟੁੱਟ ਗਈ ਕਿ ਸਾਨੂੰ ਐਸੀ ਕੋਈ ਸਿਆਣਾ ਬੰਦਾ ਸਾਨੂੰ ਮਿਲ ਜੂਗਾ ਤਾਂ ਅਸੀਂ ਇਹਨੂੰ ਸ਼ਰਕ ਨੂੰ ਪਾਰ ਕਰ ਲਾਂਗੇ ਪਰ ਕਹਿੰਦੇ ਅਸੀਂ ਸੈਮ ਕਿ ਖਲੋਗੇ ਕਿਉਂਕਿ ਜਿਹੜੇ ਆਦਮੀ ਨੂੰ ਅਸੀਂ ਦੇਖ ਰਹੇ ਸੀਗੇ ਉਹ ਕਿਸੇ ਹੋਰ ਪਾਸੇ ਨੂੰ ਮੁੜ ਗਿਆ ਉਸ ਤੋਂ ਬਾਅਦ ਕੀ ਹੁੰਦਾ ਉਹ ਕਹਿੰਦੇ 10 ਕ ਆ 10 20 ਕਦਮ ਅਸੀਂ ਹੋਰ ਬੁੱਟੇ ਤੇ ਉਸ ਤੋਂ ਬਾਅਦ ਕਹਿੰਦੇ ਸੜਕ ਦੇ ਅੱਗੇ ਇੱਕ ਪਾਸੇ ਕਾਲੇ ਸੂਫ ਦੀ ਵਾਸਕਟ ਤੇ ਪਠਾਨਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਬਾ ਪਿਆਸੀ ਕੋਈ ਰਾਸ਼ੇਈ ਟਾਈਪ ਸੀਗਾ ਕੋਈ ਵਿਅਕਤੀ ਪਠਾਨੀ ਪਹਿਰਾਵੇ ਦੇ ਵਿੱਚ ਸੜਕ ਤੇ ਪਿਆਸੀ ਆਹ ਦੇਖ ਬੀਬੀ ਰਾਸ਼ਾ ਪਿਆ ਇਹ ਤਾਂ ਹਿਲਦਾ ਵੀ ਹੈ ਤੇ ਜਾਗਦਾ ਵੀ ਹੈ ਹਾਂ ਉਹ ਦੋਵੇਂ ਡਰ ਗਏ ਮਤਲਬ ਕੀ ਸਾਨੂੰ ਫੜ ਲੂਗਾ ਹੁਣ ਕੀ ਕਰੀਏ ਕਿ ਕੁਐਸਚਨ ਮਾਰਕ ਲੱਗ ਗਿਆ ਉਹ ਕਹਿੰਦੀ ਜੇ ਆਪਾਂ ਨੂੰ ਡਰ ਲੱਗੇ ਤਾਂ ਆਪਾਂ ਨੂੰ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਮਤਲਬ ਕਿ ਉਹ ਇੱਕ ਦੂਜੇ ਨੂੰ ਹੌਸਲਾ ਦਿੰਦੇ ਆ ਕਹਿੰਦੇ ਸਾਡੀ ਮਾਂ ਨੇ ਇੱਕ ਸਾਨੂੰ ਗੱਲ ਸੁਣਾਈ ਸੀ ਵੀ ਇੱਕ ਵਾਰੀ ਐਵੇਂ ਮਾਮਾ ਤੇ ਕੋਈ ਇੱਕ ਬਾਹਮਣ ਸੀਗਾ ਤੇ ਰਾਤ ਨੂੰ ਕਿਸੇ ਪਿੰਡ ਦੇ ਸਿਵਿਆਂ ਵਿੱਚੋਂ ਲੰਘ ਰਹੇ ਸੀਗੇ ਤੇ ਉਹਨਾਂ ਦੇ ਪੈਰਾਂ ਵਿੱਚ ਵੱਡੇ ਵੱਡੇ ਅੰਗਿਆਰ ਢਿੱਗਣ ਲੱਗ ਪਏ ਤੇ ਉਹਨਾਂ ਨੇ ਵਾਯਗਰੂ ਵਾਯਗਰੂ ਕਹਿਣਾ ਸ਼ੁਰੂ ਕਰਤਾ ਤੇ ਜਿਹੜੇ ਅੰਗਿਆਰ ਸੀ ਉਹ ਦੂਰ ਸਾਰੇ ਦੂਰ ਜਾ ਕੇ ਢਿੱਗਣ ਲੱਗ ਪਏ ਕਹਿੰਦੇ ਵੀ ਸਾਈ ਤਾਂ ਹੀ ਸਾਨੂੰ ਆਪਦੇ ਮਾਮੀ ਤੇ ਮਾਨ ਸੀ ਮਤਲਬ ਇਸ ਵਾਰ ਇਸ ਟਾਈਮ ਉਹ ਆਪਦੇ ਆਪ ਨੂੰ ਹੌਸਲਾ ਦੇ ਰਹੀ ਹੈ ਕਹਿੰਦੀ ਐਨੇ ਨੂੰ ਉਹਦੀ ਭੈਣ ਕਹਿੰਦੀ ਆ ਵਾਏ ਗੁਰੂ ਤੋਂ ਤਾਂ ਭੂਤ ਪ੍ਰੇਤ ਡਰਦੇ ਨੇ ਆਦਮੀ ਨਹੀਂ ਡਰਦੇ ਕਹਿੰਦੇ ਮੇਰੀ ਭੈਣ ਕਹਿੰਦੀ ਕਹਿੰਦੇ ਅਸੀਂ 5-7 ਮਿੰਟ ਸਾਮ ਕੇ ਖਲੋ ਗਏ ਡਰ ਗਏ ਤੇ ਸਾਡਾ ਭੋਲਾਪਨ ਤੇ ਏਕਤਾ ਜਿਹੜੀ ਦੋਵੇਂ ਭੈਣ ਭਰਾਵਾਂ ਦੇ ਵਿੱਚ ਸੀਗੀ ਉਸ ਟਾਈਮ ਉਹ ਸੋਚ ਰਹੇ ਸੀ ਹੁਣ ਅਸੀਂ ਕੀ ਕਰੀਏ ਕਹਿੰਦੇ ਕੁਝ ਕੁ ਮਿੰਟਾਂ ਬਾਅਦ ਮੇਰਾ ਰੋਣਾ ਨਿਕਲ ਗਿਆ ਤੇ ਮੇਰੀ ਭੈਣ ਨੇ ਅਥਰੂ ਪੂੰਝਦਿਆਂ ਕਿਹਾ ਵੀਰ ਰੋਣਾ ਪਿੰਡ ਮਤਲਬ ਕਿ ਪਿੰਡ ਤੋਂ ਆਜਾਉ ਕੋਈ ਕੋਈ ਨਾ ਕੋਈ ਨਾ ਪਿੰਡ ਤੋਂ ਆਜੂਗਾ ਅੰਤ ਮੇਰੀ ਭੈਣ ਨੇ ਮਤਲਬ ਕਿ ਅੰਤ ਮਤਲਬ ਉਹਨੇ ਕਿਹਾ ਵੀ ਆਪਾਂ ਇਹ ਕਹਿ ਦਿਆਂਗੇ ਜੇ ਆਪਾਂ ਨੂੰ ਰਾਸ਼ਾ ਕੁਸ਼ ਕਹਿਣ ਲੱਗਿਆ ਵੀ ਇਸ ਦਾ ਪੇਮੀ ਦੇ ਨਿਆਣੇ ਆ ਪੇਮੀ ਆ ਉਹਦੀ ਮਾਂ ਦਾ ਨਾਮ ਸੀਗਾ ਕਿਉਂਕਿ ਇਹ ਸ਼ਬਦ ਨਾਲ ਬੜਾ ਹੀ ਮਿੱਠਾ ਜਿਹਾ ਸ਼ਬਦ ਸੀ ਜਦੋਂ ਬੋਲਦੇ ਸੀ ਤੇ ਉਹ ਕਹਿੰਦੇ ਵੀ ਇੱਕ ਦਿਲ ਨੂੰ ਟਾਰਸ ਜੀ ਮਿਲ ਗਈ ਹੌਸਲਾ ਕਹਿੰਦੀ ਉਹ ਕਹਿੰਦੀ ਵੀ ਮਾਂ ਮੰਗ ਲੱਗਣ ਮਨ ਵਿੱਚ ਇੱਕ ਉਮੀਦ ਸੀਗੀ ਵੀ ਉਹਨਾਂ ਨੂੰ ਇਹ ਲੱਗਣ ਲੱਗਿਆ ਵੀ ਮਾਂ ਸਾਡੇ ਨਾਲ ਹੀ ਹੈ ਠੀਕ ਹੈ ਕਹਿੰਦੇ ਜਿਵੇਂ ਕੰਮ ਦਾ ਹਿਰਦਾ ਤੇ ਥਿਰਕਦੇ ਪੈਰ ਵਾਹਿਗੁਰੂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ ਜਿਵੇਂ Hindu ਜਿਹੜੇ ਹੈਗੇ ਆ ਗਊ ਦੀ ਪੂਛ ਫੜ ਕੇ ਭਵ ਸਾਗਰ ਤਰ ਜਾਂਦੇ ਆ ਅਸੀਂ ਵੀ ਪੇਮੀ ਦਾ ਨਾਮ ਲੈ ਕੇ ਛੜਕ ਪਾਰ ਗਈ ਤੇ ਰਾਸ਼ਾ ਉਸੇ ਤਰ੍ਹਾਂ ਹੀ ਪਿਆਰਿਆ ਕਹਿੰਦੇ ਲਾਸਟ ਤੇ ਆ ਕੇ ਵੀ ਜਿਹੜੀ ਉਹ ਆਪਦੀ ਮਤਲਬ ਕੀ ਸੋਚਦੀ ਹੈ ਵੀ ਅਸੀਂ ਇੱਕ ਇਹ ਕਹਿ ਦਾਂਗੇ ਅਸੀਂ ਪੇਮੀ ਦੇ ਨਿਆਣੇ ਪਰ ਰਾਸ਼ਾ ਕੁਛ ਨਹੀਂ ਕਹਿੰਦਾ ਤੇ ਛੜਕ ਪਾਰ ਕਰ ਗਏ ਮਤਲਬ ਇੱਕ ਹੌਸਲਾ ਸੀ ਸਾਨੂੰ ਵੀ ਸਾਡੀ ਮਾਂ ਸਾਡੇ ਨਾਲ ਚੱਲ ਰਹੀ ਹੈ ਸੋ ਇਸ ਕਹਾਣੀ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਬੱਚਿਆਂ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਗਿਆ ਉਹਨਾਂ ਦੀ ਚੇਤਨਾ ਸ਼ਕਤੀ ਉਹਨਾਂ ਦੀ ਭਾਵਨਾਵਾਂ ਉਹਨਾਂ ਵਿੱਚ ਇੱਕ ਡਰ ਡਰ ਉਹ ਕਿਉਂ ਹੁੰਦਾ ਕਿਉਂਕਿ ਛੋਟੇ ਹੁੰਦੇ ਬੱਚਿਆਂ ਨੂੰ ਕਹਾਣੀਆਂ ਇਸ ਤਰੀਕੇ ਨਾਲ ਸੁਣਾਈਆਂ ਜਾਂਦੀਆਂ ਮਤਲਬ ਕਿ ਤਾਂ ਉਹ ਤਾਂ ਕਰਕੇ ਉਹਨਾਂ ਦੇ ਅੰਦਰ ਕੋਈ ਡਰ ਸੀਗਾ ਤਾਂ ਇਹ ਕਹਾਣੀ ਦੇ ਵਿੱਚ ਕਹਾਣੀਕਾਰ ਇਹ ਦਰਸਾਉਣਾ ਚਾਹੁੰਦਾ ਵੀ ਬੱਚਿਆਂ ਦਾ ਬੌਧਿਕ ਵਿਕਾਸ ਕਰਨ ਲਈ ਬੱਚਿਆਂ ਨੂੰ ਹੌਸਲੇ ਭਰੀਆਂ ਗੱਲਾਂ ਸਾਨੂੰ ਸੁਣਾਉਣੀਆਂ ਚਾਹੀਦੀਆਂ ਜਿਸ ਤਰੀਕੇ ਨਾਲ ਉਹ ਮਾਂ ਦਾ ਇੱਕ ਹੌਸਲਾ ਲੈ ਕੇ ਉਸ ਮਤਲਬ ਕਿ ਖਤਰਨਾਕ ਰਾਸਤੇ ਚੋਂ ਗੀ ਲੰਘਦੇ ਆ ਤਾਂ ਉਹ ਕਿਤੇ ਨਾ ਕਿਤੇ ਬੱਚੇ ਦੇ ਅੰਦਰੋਂ ਡਰ ਦੂਰ ਕੀਤਾ ਜਾ ਸਕਦਾ ਹੈ ਤਾਂ ਸੋ ਸਾਡੇ ਜੋ ਅਸੀਂ ਆਪਦੇ ਦੇਖਦੇ ਆਲੇ ਦਿਵਾਲੇ ਵੀ ਬੱਚਿਆਂ ਨੂੰ ਉਹਨਾਂ ਦੀਆਂ ਡਰਾਉਣੀਆਂ ਗੱਲਾਂ ਕਰਨ ਦੇ ਨਾਲ ਸਵਰਗ ਨਰਕ ਜਾਂ ਇਹੋ ਜਿਹੀਆਂ ਗੱਲਾਂ ਕਰਨ ਨਾਲ ਉਹਨਾਂ ਨੂੰ ਬਹਾਦਰੀ ਦੀਆਂ ਜਾਂ ਕੋਈ ਪ੍ਰੇਰਣਾ ਭਰੀਆਂ ਜਿਹੜੀਆਂ ਬਾਤਾਂ ਸੁਣਾਉਣ ਨਾਲ ਬੱਚਿਆਂ ਦੀ ਜਿਹੜੀ ਹਿੰਮਤ ਹੈ ਉਹ ਜ਼ਿਆਦਾ ਵੱਧਦੀ ਹੈ ਸੋ ਇਸ ਕਹਾਣੀ ਰਾਹੀਂ ਕਹਾਣੀ ਨੇ ਇੱਕ ਛੋਟੇ ਬੱਚੇ ਦੀ ਮਾਨਸਿਕਤਾ ਨੂੰ ਪੈਦਾ ਕੀਤਾ ਤੇ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਹੌਂਸਲਾ ਭਰਿਆ ਜਾਂਦਾ ਇੱਕ ਮਾਂ ਦਾ ਨਾਂ ਲੈ ਕੇ ਸੋ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਬੱਚਿਆਂ ਨੂੰ ਚੰਗੀਆਂ ਤੇ ਪ੍ਰੇਰਣਾ ਭਰੀਆਂ ਗੱਲਾਂ ਸੁਣਾ ਕੇ ਹੀ ਉਹਨਾਂ ਦਾ ਪੋਟਾਸ਼ ਉਹਨਾਂ ਦੀ ਮਾਨਸਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਧੰਨਵਾਦ